एमडी सर जी सुनील मेहता जी, विजय ठाकुर जी और एमडी सर मनप्रीत सर गिल जी और एमडी सर दरजीत सिंह गरेवाल सर, वो सारे ही अपना बहुत ज़्यादा एफर्ट जिहड़ा अपना स्कूल ते लगांदे ने और ज़्यादा छोटे तो छोटी रिपोर्ट जिहड़ी उह स्कूल बारे लई जांदी है ते जो भी सीजे फैसिलिटियां ने उह सानूं प्रोवाइड करन दी कोशिश करदे ने। बच्चों के लिए उहदा मनोबल बढ़ाउण लई, उहनां दा कॉन्फिडेंस बढ़ाउण लई काफ़ी गेम्स भी ते स्पोर्ट्स विच भी ਕਾਫੀ ਕੁਛ ਵਾਧਾ ਕੀਤਾ ਸਕੂਲ 'ਚ ਅਤੇ ਹੋਰ ਵੀ ਅੱਗੇ ਬਹੁਤ ਚੀਜ਼ਾਂ ਲੈ ਕੇ ਆਵਾਂਗੇ ਜੋ ਕਿ ਬੱਚਿਆਂ ਲਈ ਬਹੁਤ ਹੈਲਪਫੁਲ ਹੋਊਗੀਆਂ, ਉਹਨਾਂ ਦੀ ਪੜ੍ਹਾਈ ਲਈ, ਉਹਨਾਂ ਦੀ ਐਜੂਕੇਸ਼ਨ ਲਈ ਅਤੇ ਇੱਦਾਂ ਹੀ ਮਿਹਨਤ ਕਰਦੇ ਰਹਾਂਗੇ। क्या कहना चाहेंगे कि यहाँ पर्सनैलिटी डेवलपमेंट पे भी एम्फसाइज किया जाता है, यहाँ हर चीज़ पर एम्फसाइज किया जाता है, गेम्स के ऊपर, कल्चरल एक्टिविटीज के ऊपर, क्या कहना चाहेंगे कि स्कूल का एक पूरा ही ऐसा है ग्रीनरी से भरा हुआ स्कूल जिसमें जब आप लोग आते हो तो आपको एंजॉय होता है? ऑल ओवर एंजॉय। क्या कहना चाहेंगे कि ईस्ट और वेस्ट, ईस्ट और वेस्ट लग रहा है? अच्छा अच्छा अच्छा। एंजॉय कर रहे हो, मजा आता है इधर? एंजॉय कर रहे हो सब लोग? कितना लग रहा है भाई? हॉलीडे हो चुकी है लेकिन बच्चे हैं जो बहुत ही खुश हैं आपके अभी भी, क्या कहना चाहेंगे? ऐसी कौन सी एनर्जी है, ऐसी कौन सी आप इनको प्यार करते हैं कि ये खुश हैं अभी भी? ये ऑलवेज खुश ही रहते हैं सर, ऑलवेज इन एनर्जी में रहते हैं। कैसे कहेंगे, कैसे महसूस कर रहे हो? बढ़िया है, मजे ले रहे हो? एवरीबॉडी एंजॉयिंग? तो क्या कहना चाहेंगे, ईस्ट और वेस्ट डिसेंट इज दी? कहता ये पल खुद से निकल, जीते हैं चल, जीते हैं चल, जीते हैं चल, मुसाफिर था जाने दे, ऊब आंगन में आने दे, जीते चल, जीते चल, जीते। रंजोत जी, जिस तरीके दे नाल सेवा दे पुंज बन के तुसी इस एरिया च सेवा कर रहे हो, ਅੱਜ ਅਸੀਂ ਜਦੋਂ ਕੁਰਾਲੀ ਤੋਂ ਲੰਘ ਰਹੇ ਸੀਗੇ ਅਸੀਂ ਦੇਖ ਰਹੇ ਸੀਗੇ ਕਿ ਜਗ੍ਹਾ ਜਗ੍ਹਾ ਦੇ ਉੱਤੇ ਸੋਹਣੇ ਸੋਹਣੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਫੋਟੋਗ੍ਰਾਫ ਸੀਗੀਆਂ ਡੀਸੈਂਟ ਸਕੂਲ ਦੇ ਨਾਲ, ਸਾਨੂੰ ਵਧੀਆ ਲੱਗਿਆ ਔਰ ਅਸੀਂ ਸਮਝਿਆ ਕਿ ਸਿੰਪਲ ਜਿਹਾ ਕੋਈ ਸਕੂਲ ਹੋਊਗਾ, ਪਰ ਜਦੋਂ ਅਸੀਂ ਆ ਕੇ ਇਨਫਰਾਸਟਰਕਚਰ ਦੇਖਿਆ
ਦਿਸ ਇਜ਼ ਰੀਅਲੀ ਫੈਂਟਾਸਟਿਕ ਆ। ਤੁਸੀਂ ਇੱਕ ਪੇਂਡੂ ਏਰੀਏ ਦੇ ਵਿੱਚ ਸ਼ਹਿਰੀ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਹੋਈ ਹੈ ਸਾਰੀ, ਔਰ ਬੱਚਿਆਂ ਦਾ ਮਨੋਬਲ, ਕਿਉਂਕਿ 2 ਵਜੇ ਦਾ ਟਾਈਮ ਤਕਰੀਬਨ ਹੈਗਾ, ਛੁੱਟੀ ਦਾ ਟਾਈਮ ਹੈ, ਪਰ ਉਹਦੇ ਬਾਵਜੂਦ ਬੱਚਿਆਂ ਦੀ ਐਨਰਜੀ ਲੈਵਲ ਦੇਖਣ ਨੂੰ ਮਿਲਦੇ ਸੀਗੇ, ਇੰਨੀ ਉਹਨਾਂ 'ਚ ਐਨਰਜੀ ਔਰ ਪੋਜ਼ਿਟਿਵਿਟੀ। ਕੀ ਕਹਿਣਾ ਚਾਹੋਗੇ ਸਰ ਕਿ ਇਹ ਸਕੂਲ ਜਿਹੜਾ ਇੱਕ ਵਿੱਦਿਆ ਦੇ ਦਾਨ ਦਾ ਕੇਂਦਰ ਹੈ, ਜਿਹਦੇ ਵਿੱਚ ਬੱਚਿਆਂ ਦੀਆਂ ਵੈਲਿਊਜ਼, ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਹਰ ਚੀਜ਼ 'ਤੇ ਧਿਆਨ ਰੱਖਿਆ ਜਾਂਦਾ, ਕੀ ਕਹਿਣਾ ਚਾਹੋਗੇ? ਧੰਨਵਾਦ ਤੁਹਾਡਾ ਬਹੁਤ ਇੰਨੀ ਤਾਰੀਫ ਕਰਨ ਲਈ ਸਾਡੇ ਸਕੂਲ ਦੀ, ਅਤੇ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਆਏ। ਇਹ ਸਕੂਲ ਅਸੀਂ ਸਟਾਰਟ ਕੀਤਾ ਸੀ 2018 'ਚ, ਅਤੇ ਸਾਰੀ ਮੈਨੇਜਮੈਂਟ ਨੇ ਬਹੁਤ ਮਿਹਨਤ ਕੀਤੀ ਆ, ਅਤੇ ਸਾਡੇ ਪ੍ਰਿੰਸੀਪਲ ਮੈਮ ਨੇ, ਮਿਸਿਜ਼ ਮਨਪ੍ਰੀਤ ਕੌਰ ਗਿੱਲ, ਸਾਡੇ ਹੋਰ ਵੀ ਡਾਇਰੈਕਟਰ ਸਾਹਿਬਾਨ, ਅਤੇ ਬੱਚਿਆਂ ਦੇ ਭਵਿੱਖ ਲਈ ਇਹਨਾਂ ਨੇ ਬਹੁਤ ਸਾਰੀ ਪੋਲਿਸੀਜ਼ ਧਿਆਨ 'ਚ ਰੱਖਦੇ ਹੋਏ, ਬੱਚਿਆਂ ਦੇ ਲਈ ਉਹਦਾ ਮਨੋਬਲ ਬਣਾਉਣ ਲਈ, ਉਹਨਾਂ ਦਾ ਕੌਨਫੀਡੈਂਸ ਵਧਾਉਣ ਲਈ ਕਾਫੀ ਗੇਮਸ ਵੀ ਅਤੇ ਸਪੋਰਟਸ ਵਿੱਚ ਵੀ ਕਾਫੀ ਕੁਛ ਵਾਧਾ ਕੀਤਾ ਸਕੂਲ 'ਚ, ਅਤੇ ਹੋਰ ਵੀ ਅੱਗੇ ਬਹੁਤ ਚੀਜ਼ਾਂ ਲੈ ਕੇ ਆਵਾਂਗੇ ਜੋ ਕਿ ਬੱਚਿਆਂ ਲਈ ਬਹੁਤ ਹੈਲਪਫੁਲ ਹੋਊਗੀਆਂ, ਉਹਨਾਂ ਦੀ ਪੜ੍ਹਾਈ ਲਈ, ਉਹਨਾਂ ਦੀ ਐਜੂਕੇਸ਼ਨ ਲਈ, ਅਤੇ ਇੱਦਾਂ ਹੀ ਮਿਹਨਤ ਕਰਦੇ ਰਹਾਂਗੇ। ਸਰ, ਕਰੋਨਾ ਦਾ ਬਹੁਤ ਔਖਾ ਪੀਰੀਅਡ ਤੁਸੀਂ ਸਟਾਰਟਿੰਗ 'ਚ ਹੀ ਦੇਖ ਲਿਆ, ਕੀ ਕਹਿਣਾ ਚਾਹੋਗੇ ਕਿ ਉਹਨਾਂ ਦਿਨਾਂ 'ਚ ਵੀ ਤੁਹਾਡੇ ਜਿਹੜੇ ਮਾਇੰਡ ਸੈਟਅਪ ਸੀਗਾ, ਤੁਹਾਡੇ ਮੈਨੇਜਿੰਗ ਡਾਇਰੈਕਟਰ ਦਾ, ਤੁਹਾਡਾ ਸਾਰਿਆਂ ਦਾ, ਵੀ ਅਸੀਂ ਸਕੂਲ ਨੂੰ ਇੱਕ ਸੇਵਾ ਦਾ ਕੇਂਦਰ ਬਣਾ ਕੇ ਚੱਲਣਾ ਹੈਗਾ, ਵੀ ਅਸੀਂ ਇਹ ਨਹੀਂ ਹੈ ਕਿ ਸਟਾਰਟਿੰਗ ਸੀਗੀ ਬੜੀ ਔਖਿਆਈ ਹੁੰਦੀ ਹੈਗੀ ਆ, ਉਦੋਂ ਸਟਾਰਟਿੰਗ ਹੋਵੇ ਉੱਧਰ ਕਰੋਨਾ ਵਰਗਾ ਕਹਿਰ ਜਿਹੜਾ ਆ ਗਿਆ ਸੀਗਾ, ਲੇਕਿਨ ਉਹਦੇ ਬਾਵਜੂਦ ਵੀ ਸਕੂਲ ਨੇ ਔਨਲਾਈਨ ਸਟੱਡੀ ਦੇ ਉੱਤੇ ਬੜਾ ਅਮਸਾਈਜ਼ ਕੀਤਾ, ਕਿਉਂਕਿ ਮੈਡਮ ਜਿਹੜੇ ਹੈਗੇ ਆ ਉਹ ਬਿਲਕੁਲ ਪਹਿਲਾਂ ਤੋਂ ਹੀ ਇੰਟਰੈਕਚੁਅਲ ਸੀਗੇ, ਉਹਨਾਂ ਦਾ ਮਾਇੰਡ ਸੈਟ ਸੀਗਾ ਕਿ ਕੱਲ੍ਹ ਨੂੰ ਅਸੀਂ ਪਹਿਲੇ ਸਮਾਰਟ ਕਲਾਸਰੂਮ ਵਗੈਰਾ ਦਾ ਇਹਨਾਂ ਨੇ ਪਹਿਲੇ ਦਿੱਤੇ ਹੋਏ ਸੀਗੇ ਬੱਚਿਆਂ ਨੂੰ ਔਨਲਾਈਨ। ਹਾਂਜੀ, ਦੇਖੋ ਕਰੋਨਾ ਦਾ ਟਾਈਮ ਸਾਰਿਆਂ ਲਈ ਹੀ ਇਹੋ ਜਿਹਾ ਟਾਈਮ ਸੀਗਾ, ਅਤੇ ਸਾਰਿਆਂ ਨੂੰ ਆਪਣੀ ਲਾਈਫ 'ਚ ਐਡਜਸਟਮੈਂਟ ਕਰਨੀ ਪਈ, ਬਿਜ਼ਨਸ 'ਚ ਲੋਕਾਂ ਨੇ ਕਾਫੀ ਕੁਛ ਕਾਫੀ ਟਾਈਮ ਦੇਖਿਆ, ਅਤੇ ਪਰ ਅਸੀਂ ਇਸੀ ਚੀਜ਼ ਨੂੰ ਇੰਪੋਰਟੈਂਸ ਰੱਖਦੇ ਹੋਏ ਕਿ ਪੜ੍ਹਾਈ ਇੱਕ ਜ਼ਰੂਰੀ ਚੀਜ਼ ਹੈ, ਅਸੀਂ ਸਕੂਲ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਵੀ ਘਾਟਾ ਨਹੀਂ ਹੋਣ ਦਿੱਤਾ, ਉਹਨਾਂ ਨੂੰ ਔਨਲਾਈਨ ਸਟੱਡੀਜ਼ ਪ੍ਰੋਵਾਈਡ ਕਰਵਾਈਆਂ, ਟੀਚਰ ਆਪਣੇ ਘਰੋਂ ਜਿੱਦਾਂ ਵੀ ਹੋ ਸਕਿਆ ਟਾਈਮ ਦਿੱਤਾ, ਅਤੇ ਸਾਡੇ ਟੀਚਰਸ ਨੇ ਵੀ ਬਹੁਤ ਸਕੂਲ ਦੀ ਸਪੋਰਟ ਕੀਤੀ, ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦ ਹਾਂ, ਅਤੇ ਸਾਰਿਆਂ ਨੇ ਰਲ ਮਿਲ ਕੇ ਕਰੋਨਾ ਦਾ ਟਾਈਮ ਪਾਸ ਕਰ ਲਿਆ। ਛੁੱਟੀ ਦਾ ਟਾਈਮ ਤੁਹਾਡੇ ਦੋਨਾਂ ਦੀ ਗਲੋ ਦੇਖਣ ਵਾਲੀ ਬਣ ਰਹੀ ਹੈ, ਕੀ ਕਹਿਣਾ ਚਾਹੋਗੇ ਇਹੋ ਜਿਹੇ ਕਿਹੜੇ ਵਿਟਾਮਿਨ ਜਿਹੜੇ ਤੁਸੀਂ ਖਾਂਦੇ ਹੋ? ਪਹਿਲੇ ਤਾਂ ਆਮ ਤੌਰ ਦੇ ਉੱਤੇ ਐਨਰਜੀ ਲੈਵਲ ਜਿਹੜੇ ਘਟਣੇ ਸ਼ੁਰੂ ਹੋ ਜਾਂਦੇ, ਪਰ ਤੁਹਾਡੇ ਵੱਧ ਰਹੇ ਨੇ। ਸਾਡਾ ਕੰਮ ਹੀ ਸਾਡਾ ਵਿਟਾਮਿਨ ਹੈ, ਜੇ ਅਸੀਂ ਕੰਮ ਨਾ ਕਰੀਏ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਚਾਰਜ ਅਪ ਨਹੀਂ ਕਰ ਪਾਉਂਦੇ, ਤਾਂ ਸਾਨੂੰ ਕੰਮ ਕਰਨਾ, ਈਵਨ ਅਸੀਂ ਕਲਾਸਾਂ 'ਚ ਵੀ ਜਾਈਦਾ, ਜਿੱਥੇ ਵੀ ਦਿਲ ਕਰਦਾ ਕਦੇ ਰਿਸੈਪਸ਼ਨ 'ਤੇ ਵੀ ਬੈਠੀਦਾ ਕਿ ਹਰ ਜਗ੍ਹਾ ਹਰ ਕੋਨੇ ਸਾਡੀ ਨਜ਼ਰ ਪਹੁੰਚ ਸਕੇ ਅਤੇ ਸਾਨੂੰ ਹਰ ਚੀਜ਼ ਦਾ ਪਤਾ ਲੱਗ ਸਕੇ ਸਕੂਲ 'ਚ ਕੀ ਹੋ ਰਿਹਾ। ਮੈਡਮ, ਪਲੇਵੇਅ ਲਈ ਬੱਚਿਆਂ ਨੂੰ ਇੱਕ ਪੋਜ਼ਿਟਿਵ ਐਟਮੋਸਫੀਅਰ ਜਿਹਦੇ ਵਿੱਚ ਬੱਚਿਆਂ ਦਾ ਦਿਲ ਕਰਦਾ ਕਿ ਅਸੀਂ ਆਈਏ ਸਕੂਲ ਨੂੰ ਵਿਜ਼ਿਟ ਕਰੀਏ, ਕੀ ਕਹਿਣਾ ਚਾਹੋਗੇ ਕਿ ਛੋਟੇ ਛੋਟੇ ਬੱਚੇ ਆਉਂਦੇ ਨੇ ਜਦੋਂ ਉਹਨਾਂ ਨੂੰ ਹੈਲਪਰ ਜਿਹੜੇ ਦੋ ਹੈਲਪਰ ਲਗਾਏ ਹੋਏ ਤੁਹਾਡੇ ਟੀਚਰਾਂ ਜਿਹੜੀਆਂ ਇੱਕ ਛੋਟੀਆਂ ਕਲਾਸਾਂ 'ਚ ਦੋ ਟੀਚਰ ਦਿੱਤੇ ਹੋਏ ਆ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋ? ਸਰ, ਉਹਦੇ ਲਈ ਮੇਰੇ ਟੀਚਰ ਜਿਹੜੇ ਆ ਉਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ, ਬਹੁਤ ਟ੍ਰੇਨ ਕੀਤਾ ਜਾਂਦਾ ਉਹਨਾਂ ਨੂੰ ਕਿ ਤੁਸੀਂ ਬੱਚਿਆਂ ਦੀ ਛੋਟੇ ਤੋਂ ਛੋਟੀ ਚੀਜ਼ ਨੂੰ ਉਹਨੂੰ ਧਿਆਨ 'ਚ ਰੱਖਣਾ, ਕਿ ਉਹਨਾਂ ਦੀ ਕੋਈ ਵੀ ਉਹਨਾਂ ਨੂੰ ਇੱਕ ਮਦਰ ਵਾਲੀ ਫੀਲਿੰਗ ਦੇਣੀ, ਉਹਨਾਂ ਨੂੰ ਇੱਦਾਂ ਦਾ ਫੀਲ ਨਾ ਹੋਵੇ ਕਿ ਅਸੀਂ ਕਿਸੇ ਦੂਸਰੇ ਹੈਂਡ 'ਚ ਜਾ ਰਹੇ ਹਾਂ, ਉਹਨਾਂ ਨੂੰ ਇਸ ਫੀਲ ਹੋਵੇ ਕਿ ਅਸੀਂ ਆਪਣੇ ਮਦਰ ਕੋਲ ਹੀ ਜਾ ਰਹੇ ਹਾਂ। ਤਾਂ ਮੇਰੇ ਟੀਚਰਸ ਵੀ ਬਹੁਤ ਅੱਛੀ ਤਰ੍ਹਾਂ ਉਹਨਾਂ ਦੀ ਹੈਲਪ ਕਰਦੇ ਨੇ, ਬੱਚੇ ਦਾ ਧਿਆਨ ਰੱਖਦੇ ਨੇ, ਔਰ ਬੱਚੇ ਬੜੇ ਖੁਸ਼ ਹੋ ਕੇ ਸਕੂਲ ਆਉਂਦੇ ਨੇ। ਮੈਡਮ, ਬਿਲਕੁਲ ਇਕਾਂਤ ਦੇ ਵਿੱਚ ਜਿੱਥੇ ਸੈਲਫ ਸਟੱਡੀ ਕਰਨ ਨੂੰ ਦਿਲ ਕਰਦਾ ਹੈਗਾ, ਇੱਕ ਗ੍ਰੀਨ ਕੈਂਪਸ ਇਹ ਬਣਿਆ ਹੋਇਆ ਹੈ, ਔਰ 5 ਸਾਲ ਦੇ ਵਿੱਚ ਜਿੱਦਾਂ ਡਾਇਰੈਕਟਰਾਂ ਦਾ ਮਾਇੰਡ ਸੀਗਾ ਕਿ ਅਸੀਂ ਇਹ ਸਕੂਲ ਦੇ ਪੈਸੇ ਸਕੂਲ 'ਚ ਹੀ ਲਾਉਣੇ ਆ, ਉਹਨਾਂ ਦਾ ਮਤਲਬ ਪੈਸੇ ਕਮਾਉਣ ਦਾ ਨਹੀਂ, ਉਹਨਾਂ ਦਾ ਮਤਲਬ ਇਸ ਏਰੀਆ ਦੇ ਵਿੱਚ ਅਸੀਂ ਇੱਕ ਸ਼ਹਿਰੀ ਸਹੂਲਤਾਂ ਦੇ ਨਾਲ ਇੱਕ ਲੈਸ ਸਕੂਲ ਦੇਣਾ। ਹਾਂਜੀ ਸਰ, ਔਰ ਅੱਜ ਤੱਕ ਕਰਦੇ ਵੀ ਆਏ ਹਾਂ,
ਸਾਡੇ ਜੋ ਵੀ ਮੈਨੇਜਮੈਂਟ ਆ ਉਹ ਸ਼ਹਿਰੀ ਨਾਲ ਟੱਚ ਆ ਅਸੀਂ, ਸੋ ਵੀ ਸਾਡੀ ਗਾਈਡਲਾਈਨਸ ਹੁੰਦੀਆਂ ਸਾਡੀਆਂ ਲੁਧਿਆਣਾ ਸ਼ਹਿਰ ਤੋਂ ਆਉਂਦੀਆਂ ਨੇ, ਸਾਰੀ ਗਾਈਡਲਾਈਨਸ ਨੂੰ ਅਸੀਂ ਸ਼ਹਿਰੀ ਟੱਚ ਦਿੰਦੇ ਹਾਂ। ਇੰਗਲਿਸ਼ ਮੀਡੀਅਮ ਆ ਬੱਚਿਆਂ ਦੇ ਉੱਪਰ, ਇੰਗਲਿਸ਼ ਬੋਲਣ ਦੇ ਉੱਪਰ ਫੋਕਸ ਦਿੱਤਾ ਜਾਂਦਾ, ਈਵਨ ਟੀਚਰਸ ਨਾਲ ਵੀ, ਟੀਚਰਸ ਨੂੰ ਇਸ ਲਈ ਫਾਈਨ ਵੀ ਲਗਾਇਆ ਜਾਂਦਾ ਕਿ ਤੁਸੀਂ ਇੰਗਲਿਸ਼ ਦੇ ਉੱਪਰ ਫੋਕਸ ਕਰਨਾ। ਜਿਹੜੇ ਲੈਂਗੁਏਜ ਸਬਜੈਕਟ ਆ, ਲੈਂਗੁਏਜ ਸਬਜੈਕਟ ਤੁਸੀਂ ਆਪਣਾ ਹਿੰਦੀ ਪੰਜਾਬੀ ਪੀਰੀਅਡ 'ਚ ਤੁਸੀਂ ਆਪਣੀ ਲੈਂਗੁਏਜ ਬੋਲ ਸਕਦੇ ਹੋ, ਅਦਰਵਾਈਜ਼ ਇੰਗਲਿਸ਼ ਜ਼ਿਆਦਾ ਫੋਕਸ ਕਰਿਆ, ਜੋ ਕਿ ਅੱਜ ਕੱਲ੍ਹ ਦੀ ਡਿਮਾਂਡ ਵੀ ਹੈ। ਐਮ ਡੀ ਸਰ ਜਿਹੜੇ ਸੁਨੀਲ ਮਹਿਤਾ ਜੀ, ਵਿਜੇ ਠਾਕੁਰ ਜੀ ਔਰ ਐਮ ਡੀ ਸਰ ਮਨਪ੍ਰੀਤ ਸਰ ਗਿੱਲ ਜੀ ਔਰ ਐਮ ਡੀ ਸਰ ਦਲਜੀਤ ਸਿੰਘ ਗਰੇਵਾਲ ਸਰ, ਉਹ ਸਾਰੇ ਹੀ ਆਪਣਾ ਬਹੁਤ ਜ਼ਿਆਦਾ ਐਫਰਟ ਜਿਹੜਾ ਆਪਣਾ ਸਕੂਲ 'ਤੇ ਲਗਾਉਂਦੇ ਨੇ ਔਰ ਜ਼ਿਆਦਾ ਛੋਟੀ ਤੋਂ ਛੋਟੀ ਰਿਪੋਰਟ ਜਿਹੜੀ ਉਹ ਸਕੂਲ ਬਾਰੇ ਲਈ ਜਾਂਦੀ ਹੈ ਅਤੇ ਜੋ ਵੀ ਸੀਜ਼ ਦੀਆਂ ਫੈਸਿਲਿਟੀਆਂ ਨੇ ਉਹ ਸਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਉਹਨਾਂ ਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ। ਮੈਡਮ, ਅਗਰ ਆਪਾਂ ਗੱਲ ਕਰ ਲਈਏ ਬੱਚਿਆਂ ਨੂੰ ਘਰੋਂ ਲੈ ਕੇ ਜਾਣ ਦੀ, ਛੱਡਣ ਦੀ, ਜਿੱਦਾਂ ਡਰਾਈਵਰ ਨੂੰ ਤੁਸੀਂ ਕੌਂਸਲ ਕਰਦੇ ਹੋ, ਭਾਈ ਇਹ ਬੱਚੇ ਆ ਛੋਟੇ ਛੋਟੇ, 2 ਮਿੰਟ ਲੱਗ ਵੀ ਜਾਣ, ਤੁਸੀਂ ਤੇਜ਼ੀ ਨਹੀਂ ਕਰਨੀ ਗੀ ਕਿਉਂਕਿ ਵੈਨ ਆ, ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਔਰ ਤੁਹਾਡੇ ਡਰਾਈਵਰ ਜਿਹੜੇ ਸਾਰੇ ਬਿਲਕੁਲ ਇੰਟੈਲੀਜੈਂਟਲੀ ਜਿਹੜਾ ਹੈਗਾ ਬੱਚਿਆਂ ਨੂੰ ਲੈ ਕੇ ਜਾਂਦੇ ਅਤੇ ਛੱਡ ਜਾਂਦੇ। ਹਾਂਜੀ ਸਰ, ਉਹਦੇ ਲਈ ਵੀ ਉਹਨਾਂ ਦੀ ਟਾਈਮ ਟੂ ਟਾਈਮ ਵੀਕਲੀ ਜਿਹੜੀ ਆ 15 ਦਿਨਾਂ ਬਾਅਦ ਉਹਨਾਂ ਦੀ ਗਾਈਡਲਾਈਨਸ ਹੁੰਦੀ ਆ, ਉਹਨਾਂ ਦੀ ਮੀਟਿੰਗ ਹੁੰਦੀ ਹੈ ਕਿ ਤੁਸੀਂ ਕਿਸੇ ਬੱਚੇ ਨਾਲ ਕੋਈ ਵੀ ਧੱਕਾ ਨਹੀਂ ਕਰਨਾ ਔਰ ਕਿਸੇ ਨੂੰ ਕੋਈ ਜਲਦਬਾਜ਼ੀ ਦੇ ਵਿੱਚ ਨਹੀਂ ਲੈ ਕੇ ਆਉਣਾ। ਕੋਈ ਗੱਲ ਨਹੀਂ, ਅਗਰ ਵੈਨ 5 ਮਿੰਟ ਲੇਟ ਹੁੰਦੀ ਹੈ ਤਾਂ ਕੋਈ ਗੱਲ ਨਹੀਂ ਹੋ ਜੇ, ਬਟ ਬੱਚਿਆਂ ਦੀ ਸੇਫਟੀ ਜਿਹੜੀ ਉਹ ਮਸਟ ਹੈ। ਥੈਂਕ ਯੂ। ਨਾ ਵੀ ਡੀਸੈਂਟ ਅਤੇ ਟੀਚਰਾਂ ਦਾ ਜਿਹੜਾ ਗਲੋ ਹੈਗਾ 2 ਵਜੇ ਦਾ ਉਹ ਵੀ ਡੀਸੈਂਟ। ਕੀ ਕਹਿਣਾ ਚਾਹੋਗੇ ਕਿ ਛੁੱਟੀ ਹੋਣ ਵਾਲੀ ਆ ਪਰ ਟੀਚਰ ਜਿੱਦਾਂ ਆਉਣ ਲੱਗ ਰਿਹਾ ਜਿਵੇਂ ਤਾਜ਼ੇ ਆਏ ਹੋਣ, ਕੀ ਕਹਿਣਾ ਚਾਹੋਗੇ ਕਿ ਇੰਨੀ ਐਨਰਜੀ ਜਿਹੜੀ ਹੈਗੀ ਆ ਐਮ ਡੀ ਸਰ ਅਤੇ ਸਾਰੀ ਟੀਮ ਜਿਹੜੀ ਹੈਗੀ ਆ ਭਰਦੀ ਆ, ਜਿਹਦੇ ਨਾਲ ਸਾਰਾ ਦਿਨ ਹੀ ਅਸੀਂ ਪੂਰੀ ਖੁਸ਼ੀ 'ਚ ਰਹਿੰਦੇ ਹਾਂ। ਬਿਲਕੁਲ, ਪੂਰੀ ਐਨਰਜੀ ਆ ਜੀ, ਸਾਰਾ ਦਿਨ ਖੁਸ਼ੀ ਵਿੱਚ ਰਹਿੰਦੇ ਹਾਂ ਅਸੀਂ ਸਾਰੇ ਜਾਣੇ ਔਰ ਉਹਰਾ ਜਿਹੜਾ ਇੱਥੋਂ ਦਾ ਹੈਗਾ ਇੱਕ ਫੈਮਿਲੀ ਐਟਮੋਸਫੀਅਰ ਹੈ, ਸਾਰਿਆਂ ਨੇ ਇੱਕ ਦੂਸਰੇ ਦਾ ਕੇਅਰਿੰਗ ਹੈਗੇ ਆ ਔਰ ਪ੍ਰਿੰਸੀਪਲ ਮੈਡਮ ਜਿਹੜੇ ਮੈਨੇਜਿੰਗ ਡਾਇਰੈਕਟਰ ਸਰ ਜਿਹੜੇ ਥੇ, ਐਮ ਡੀ ਸਰ ਇੱਥੇ ਬੈਠਦੇ ਨੇ, ਸਾਰਿਆਂ ਨੇ ਮਤਲਬ ਇੱਕ ਦੂਸਰੇ ਦੇ ਨਾਲ ਬਹੁਤ ਹੀ ਕੰਪਲੀਮੈਂਟ ਨਾਲ ਚੱਲਦੇ। ਹਾਂਜੀ ਬਿਲਕੁਲ, ਇਨਵਾਇਰਮੈਂਟ ਬਹੁਤ ਫਰੈਂਡਲੀ ਆ, ਬਿਲਕੁਲ ਵਧੀਆ ਵਾ ਸਭ ਕੁਝ ਇੱਥੇ। ਟੀਮ ਵਰਕ ਜਿਹੜਾ ਹੈਗਾ ਉਹ ਇਸ ਸਕੂਲ ਦੇ ਵਿੱਚ ਅਸੀਂ ਦੇਖਿਆ, ਬੜੇ ਸੋਹਣੇ ਸੋਹਣੇ ਬੱਚਿਆਂ ਦੀਆਂ ਬਾਰ ਬਾਰ ਫੋਟੋਆਂ, ਮੁੰਡਾ ਪੜਾ ਕੋਈ ਲੜਿਆ ਹੋਵੇ ਇਹਨਾਂ ਨਾਲ ਉਹਨੂੰ ਵੀ ਦੇਖਣੇ ਪੈਣਗੀਆਂ, ਜਦੋਂ ਬੰਦਾ ਲੰਘੂਗਾ ਤਾਂ ਉਦੋਂ ਡੀਸੈਂਟ ਡੀਸੈਂਟ ਉਹਨੂੰ ਦੇਖਣਾ ਹੀ ਪਊਗਾ ਜਦੋਂ ਬੰਦੇ ਨੇ ਲੁਧਿਆਣੇ ਤੋਂ ਚੰਡੀਗੜ੍ਹ ਜਾਣਾ। ਹਾਂਜੀ ਸਰ, ਕਿਉਂਕਿ ਮੋਸਟਲੀ ਸਾਡੀ ਜੋ ਟੀਮ ਹੈ ਮੋਸਟਲੀ ਬਹੁਤ ਕੋਆਪਰੇਟਿਵ ਆ, ਇਨਵਾਇਰਮੈਂਟ ਬਹੁਤ ਜ਼ਿਆਦਾ ਫਰੈਂਡਲੀ ਆ, ਬੱਚੇ ਆਉਂਦੇ ਨੇ ਹਰ ਇੱਕ ਦੀ ਚੰਗੀ ਤਰ੍ਹਾਂ ਕੇਅਰ ਕੀਤੀ ਜਾਂਦੀ ਹੈ ਇੱਥੇ ਅਤੇ ਮੋਸਟਲੀ ਸਾਰੇ ਕੁਆਲੀਫਾਈਡ ਐਜੂਕੇਟਡ ਟੀਚਰਸ ਨੇ ਇੱਥੇ। ਪਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦਾ ਜਿਹੜਾ ਟ੍ਰੈਂਡ ਹੈਗਾ ਬੱਚੇ ਛੋਟੇ ਜਿਹੜੇ ਹੈਗੇ ਉਹ ਵੀ ਬਹੁਤ ਇੰਟੈਲੀਜੈਂਟ ਹੋ ਚੁੱਕੇ ਆ, ਜਿਹੜੀਆਂ ਚੀਜ਼ਾਂ ਅਸੀਂ ਬੀ ਐੱਸ ਸੀ 'ਚ ਪੜ੍ਹਦੇ ਸੀਗੇ ਉਹ ਅੱਜ ਕੱਲ੍ਹ 4th-5th ਵਿੱਚ ਪੜ੍ਹਦੇ ਆ। ਕੀ ਕਹਿਣਾ ਚਾਹੋਗੇ ਕਿ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਿ ਬੱਚਿਆਂ ਨੂੰ ਉਹੀ ਲੈਵਲ ਨਾਲ ਪੜ੍ਹਾਉਣਾ ਪੈਂਦਾ, ਵੀ ਆਪ ਨੂੰ ਵੀ ਪੜ੍ਹ ਕੇ ਆਉਣਾ ਪੈਂਦਾ, ਹੁਣ ਉਹ ਗੱਲਾਂ ਨਹੀਂ ਰਹੀਆਂ ਪਹਿਲਾਂ ਵਾਲੀਆਂ? ਹਾਂਜੀ ਸਰ, ਕਿਉਂਕਿ ਇੱਕ ਹਰ ਇੱਕ ਚੀਜ਼ ਨੂੰ ਪੂਰੇ ਟੇਕ ਕੇਅਰ ਨਾਲ ਲਿਆ ਜਾਂਦਾ, ਕਿਉਂਕਿ ਬੇਸ ਹੀ ਉਹਨਾਂ ਦਾ ਉੱਥੋਂ ਹੀ ਸਟਾਰਟ ਹੁੰਦਾ ਹੈ ਛੋਟੀਆਂ ਕਲਾਸਿਸ ਤੋਂ, ਅਤੇ ਇਸ ਲਈ ਸਾਰੀ ਟੇਕ ਕੇਅਰ ਅਸੀਂ ਉਸੇ ਸਟਾਰਟਿੰਗ ਤੋਂ ਹੀ ਕਰਦੇ ਹਾਂ, ਸਟਾਰਟਿੰਗ ਪੁਆਇੰਟ ਤੋਂ ਹੀ ਸਰ। ਫਿਰ ਕੀ ਕਹਿਣਾ ਚਾਹੋਗੇ ਸਰ, ਈਸਟ ਔਰ ਵੈਸਟ? ਕਨਵੈਂਟ ਇਜ਼ ਦੀ ਬੈਸਟ। ਕਿੱਦਾਂ ਤੁਸੀਂ ਮਹਿਸੂਸ ਕਰਦੇ ਹੋ ਤੁਹਾਡਾ ਬੱਚੀ ਯਹਾਂ ਪੜ੍ਹ ਰਹੀ ਹੈ, ਕੈਸਾ ਮਹਿਸੂਸ ਕਰ ਰਹੇ? ਬਹੁਤ ਬੜੀਆ ਮਹਿਸੂਸ ਕਰਤੀ ਹੂੰ ਔਰ ਯਹਾਂ ਕੇ ਟੀਚਰ ਵੀ ਕਾਫੀ ਅੱਛੇ ਹੈ, ਕਾਫੀ ਦਿਨੋਂ ਸੇ ਬੱਚੇ ਪੜ੍ਹ ਰਹੇ ਹੈ, ਕਾਫੀ ਕੈਸਾ ਮਹਿਸੂਸ ਕਰ ਰਹੇ ਹੋ? ਅੱਛਾ ਮਹਿਸੂਸ ਕਰਤੇ ਹੈ। ਕੌਨ ਸੀ ਕਲਾਸ ਮੇਂ ਹੋ? 12th। 12th ਮੇਂ? ਕਿਆ ਕਹਿਣਾ ਚਾਹੇਂਗੇ ਕਿ ਯਹਾਂ ਕਾ ਐਟਮੋਸਫੀਅਰ, ਯਹਾਂ ਕੀ ਸਟੱਡੀ ਕਾ ਜੋ ਸਿਸਟਮ ਹੈਗਾ ਉਹ ਬਹੁਤ ਹੀ ਬੜੀਆ ਹੈ, ਪਲੇਵੇ ਮੈਥਡ ਮੇਂ ਵੀ ਪੜ੍ਹਾਤੇ ਹੈ ਔਰ ਇਨਕੇ ਪਾਸ ਔਨਲਾਈਨ ਸਟੱਡੀਜ਼ ਕੇ ਲਈ ਜੈਸੇ ਕਰਾਤੇ ਹੈ ਵੋ ਵੀ ਸਭ ਕੁਝ ਹੈ। ਗੁੱਡ ਸਰ, ਬੱਚੇ ਬਹੁਤ ਇੰਟੈਲੀਜੈਂਟ ਆ ਸਰ ਮੇਰੇ ਔਰ ਮੈਨਰਸ ਵੀ ਗੁੱਡ ਨੇ ਜੀ। ਇਹ ਮੰਨਦੇ ਵੀ ਸਕੂਲ ਦੀ ਦੇਣ ਆ ਜਿਹੜੀ ਇਹ? ਹਾਂਜੀ ਸਰ ਬਿਲਕੁਲ, ਕੁਛ ਸਰ ਪੇਰੈਂਟਸ ਦਾ ਵੀ ਹੁੰਦਾ, ਕੁਛ ਟੀਚਰਸ ਦਾ ਵੀ ਹੁੰਦਾ ਯੋਗਦਾਨ ਵਿੱਚ। ਔਰ ਸਕੂਲ ਵਾਲਾ ਸਾਰਾ ਐਟਮੋਸਫੀਅਰ ਬੜਾ ਵਧੀਆ ਲੱਗਦਾ ਸਰ? ਬਿਲਕੁਲ, ਸਟਾਫ ਕਰਕੇ ਹੀ ਅਸੀਂ ਇੱਥੇ ਹਾਂ, ਬਲਕਿ ਅਸੀਂ ਕਹਿ ਕੇ ਜਾਂਦੇ ਹੁੰਦੇ ਹਾਂ ਹਰੇਕ ਪੀਟੀਐਮ 'ਤੇ ਵੀ ਸਟਾਫ ਵਧੀਆ, ਬੱਚੇ ਹਟਾਉਣ ਨੂੰ ਦਿਲ ਨਹੀਂ ਕਰਦਾ, ਵੀ ਜੇਕਰ ਕੋਈ ਪੇਰੈਂਟਸ ਨੂੰ ਕੋਈ ਪ੍ਰੋਬਲਮ ਆ। ਮੈਂ ਦਵਿੰਦਰ ਮੈਮ, ਮੈਮ ਸਰ ਮੇਰੇ ਕਲਾਸ ਦੇ ਇੰਚਾਰਜ ਨੇ ਬੇਟੇ ਦੇ,
ਅਤੇ ਮੈਂ ਉਹਨਾਂ ਨੂੰ ਕਾਲ ਵੀ ਕਰ ਸਕਦੀ ਹਾਂ, ਐਟ ਏ ਟਾਈਮ ਮੇਰੀ ਕਾਲ ਦਾ ਰਿਸਪੋਂਸ ਵੀ ਦਿੰਦੇ ਨੇ ਜੀ। ਥੈਂਕ ਯੂ ਜੀ। ਤਾਂ ਸਕੂਲ ਜੀ ਦੇ ਵਿੱਚ ਟੀਚਰਸ ਜਿਹੜੇ ਹੈਗੇ ਨੇ ਉਹ ਆਪਾਂ ਨੂੰ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਨਾ ਇਰੀਟੇਟ ਜਿਹੇ ਹੋ ਜਾਂਦੇ ਜਦੋਂ ਪੇਰੈਂਟ ਦਾ ਕੋਈ ਕਾਲ ਆਉਂਦੀ ਹੈ, ਪਰ ਦੇ ਆਰ ਵੈਰੀ ਐਨਰਜੈਟਿਕ, ਖੁਸ਼ੀ ਵਾਲੇ ਨੇ ਔਰ ਵਧੀਆ ਤਰੀਕੇ ਦੇ ਨਾਲ ਡੀਸੈਂਟ ਦਾ ਮਤਲਬ ਜੇ ਡੀਸੈਂਟ ਬਣਾਇਆ ਸਕੂਲ ਨੂੰ ਤਾਂ ਡੀਸੈਂਟ ਹੀ ਹੈ।